ਜੇਕਰ ਤੁਹਾਡੇ ਸਫ਼ਰ ਦੀ ਗੱਲ ਕਰੀਏ, ਆਪਣੇ ਆਪ 'ਚ ਖਾਸ ਰਿਹਾ, ਤੁਹਾਡੀ ਲਾਈਫ ਵੀ ਇੰਟਰਸਟਿੰਗ ਰਹੀ ਹੈ, ਕੀ ਕਹਿਣਾ ਚਾਹੋਗੇ ਬੀਇੰਗ ਐਨ ਐਕਟਰ? ਕਿਹੜੀਆਂ ਕਿਹੜੀਆਂ ਚੀਜ਼ਾਂ 'ਚ ਬਦਲਾਵ ਦੇਖਿਆ ਤੁਸੀਂ ਬਤੌਰ ਅਦਾਕਾਰ? ਬਹੁਤ ਜ਼ਿਆਦਾ ਸਟਰਗਲ ਕੀਤੀ। 14 ਸਾਲ ਦੀ ਉਮਰ 'ਚ ਮੈਂ ਥੀਏਟਰ ਕਰਨਾ ਸ਼ੁਰੂ ਕਰਤਾ ਸੀ ਸਕੂਲ ਟਾਈਮ 'ਚ। ਉਸ ਤੋਂ ਬਾਅਦ ਬੜੇ ਉਤਰਾਅ ਚੜ੍ਹਾਏ ਜਵਾਨੀ ਦੇ ਵਿੱਚ, ਮਤਲਬ ਮੈਨੂੰ ਐਂ ਲੱਗਦਾ ਸੀ ਮੈਂ ਸੁਸਾਈਡ ਕਰ ਲੂੰਗਾ, ਪਰ ਹਿੰਮਤ ਬਹੁਤ ਸੀ, ਜਨੂੰਨ ਸੀ ਕਿ ਕੁਛ ਬਣਨਾ ਹੈ। ਜਵਾਨੀ ਟਾਈਮ ਦੇ ਵਿੱਚ ਮਤਲਬ ਮੇਰਾ ਇੱਦਾਂ ਸੀਗਾ ਕਿ ਮੈਂ ਬਿਲਕੁਲ ਖਤਮ ਹੈ, ਕਿਉਂਕਿ ਜਦੋਂ ਬੰਦਾ ਸਟਰਗਲ ਕਰਦਾ ਉਸ ਟਾਈਮ 'ਤੇ ਬੰਦੇ ਨੂੰ ਇਹ ਹੁੰਦਾ ਕਿ ਕਿਤੇ ਜਿਉਂਦਾ ਕਿਤੇ ਮਰਦਾ, ਕਿਉਂਕਿ ਸਵੇਰੇ ਨਿਕਲਿਆ ਸ਼ਾਮ ਨੂੰ ਘਰ ਆਇਆ, ਘਰ ਵਾਲੀ ਕਹਿੰਦੀ ਵੀ ਲਿਆਓ ਪੈਸੇ, ਪੈਸੇ ਦੇਣ ਨੂੰ ਹੈ ਨਹੀਂ ਗੇ, ਬੱਚੇ ਭੁੱਖੇ ਬੈਠੇ ਆ। ਜਿਹੜੇ ਲੋਕ ਮੇਰੇ ਵੱਲ ਦੇਖ ਕੇ ਕਹਿੰਦੇ ਹੁੰਦੇ ਸੀ ਉਹ ਜਾਂਦਾ ਯਾਰ ਉਹ ਵਿਹਲੜ ਹੈ, ਨਾ ਇਹ ਕੰਮ ਕਰਦਾ ਅਤੇ ਨਾ ਬੱਚਿਆਂ ਨੂੰ ਰੋਟੀ ਦਿੰਦਾ, ਸਾਈਕਲ 'ਤੇ ਘੁੰਮਦਾ ਰਹਿੰਦਾ ਸੀਗਾ। ਤਾਂ ਉਸ ਤੋਂ ਬਾਅਦ ਜਦੋਂ ਮੈਂ ਕੁਛ ਬਣ ਗਿਆ ਉਹੀ ਲੋਕ ਐਪਰੀਸ਼ੀਏਟ ਕਰਨਾ ਸ਼ੁਰੂ ਕਰਦੇ। ਛੋਟੇ ਦੁਕਾਨਦਾਰ ਦੀ ਇੰਨੀ ਇੱਜ਼ਤ ਨਹੀਂ ਹੁੰਦੀ ਜਿੰਨੀ ਵੱਡੇ ਦੀ ਹੁੰਦੀ ਹੈ। ਤਾਂ ਇਵੇਂ ਫਿਲਮ ਲਾਈਨ 'ਚ ਜਦੋਂ ਬੰਦਾ ਸਟਰਗਲ ਕਰਦਾ ਉਦੋਂ ਕੋਈ ਨਹੀਂ ਪੁੱਛਦਾ ਗਾ, ਪਰ ਜਦੋਂ ਬੰਦਾ ਬਣ ਜਾਂਦਾ ਉਦੋਂ ਹਰ ਕਹਿੰਦਾ ਯਾਰ, ਹਰ ਇੱਕ ਬੰਦਾ ਕਹਿੰਦਾ ਕਿ ਯਾਰ ਮੈਂ ਇਹਦੇ ਨਾਲ ਫੋਟੋ ਕਰਾਉਂਦਾ। ਅੱਜ ਦਾ ਟਾਈਮ ਜਿਹੜਾ ਹੈਗਾ ਨਾ, ਜੇਕਰ ਬੰਦਾ ਹੱਸ ਰਿਹਾ ਤਾਂ ਉਹਦੇ ਹਾਸੇ ਨੂੰ ਤੁਸੀਂ ਇਹ ਨਾ ਸੋਚੋ ਕਿ ਉਹ ਤੁਹਾਨੂੰ ਸੱਚੇ ਦਿਲ ਨਾਲ ਪਿਆਰ ਕਰ ਰਿਹਾ। ਮੈਂ ਅਕਸਰ ਦੋਸਤਾਂ ਦੇ ਵਿੱਚ ਗੱਲ ਕਰਦਾ ਹੁੰਦਾ, ਪਰਮਾਤਮਾ ਨੇ ਤੁਹਾਨੂੰ ਚਾਰ ਚੀਜ਼ਾਂ ਦਿੱਤੀਆਂ ਹੋਈਆਂ, ਤੁਹਾਡਾ ਦਿਮਾਗ, ਤੁਹਾਡੀਆਂ ਅੱਖਾਂ, ਤੁਹਾਡੀ ਜ਼ੁਬਾਨ ਔਰ ਤੁਹਾਡਾ ਦਿਲ। ਇਹ ਚਾਰ ਚੀਜ਼ਾਂ ਅਗਰ ਤੁਸੀਂ ਬਰਾਬਰ ਲੈ ਕੇ ਚੱਲਦੇ ਹੋ ਤਾਂ ਤੁਸੀਂ ਸੱਚੇ ਇਨਸਾਨ ਹੋ। ਤੁਸੀਂ ਦੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਅਤੇ ਮੈਂ ਹਾਂ ਬਿਨੂ ਸ਼ਰਮਾ। ਅੱਜ ਅਜਿਹੇ ਫਿਲਮ ਸਟਾਰਾਂ ਨੂੰ ਮਿਲਵਾਉਣ ਜਾ ਰਿਹਾ ਜੋ ਪੰਜਾਬੀ ਇੰਡਸਟਰੀ ਤਮਾਮ ਫਿਲਮਾਂ 'ਚ ਕੰਮ ਕਰ ਚੁੱਕੇ ਨੇ। ਇਸ ਸਮੇਂ ਸਾਡੇ ਨਾਲ ਮੌਜੂਦ ਨੇ ਨਗਿੰਦਰ ਗੱਖੜ ਜੀ, ਖਾਸ ਗੱਲਬਾਤ ਕਰਦੇ ਹਾਂ, ਜਾਣਦੇ ਉਹਨਾਂ ਦੀ ਜ਼ਿੰਦਗੀ ਵਿੱਚ ਹੋਰ ਕੀ ਕੁਝ ਖਾਸ ਹੈ। ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਬੀਨੂ ਜੀ, ਮੈਂ ਸਭ ਤੋਂ ਪਹਿਲਾਂ ਸਕਾਈ ਨਿਊਜ਼ ਪੰਜਾਬ ਦਾ ਧੰਨਵਾਦ ਕਰਦਾ, ਬਹੁਤ ਬਹੁਤ ਸ਼ੁਕਰੀਆ। ਜੇਕਰ ਤੁਹਾਡੇ ਸਫ਼ਰ ਦੀ ਗੱਲ ਕਰੀਏ, ਆਪਣੇ ਆਪ 'ਚ ਖਾਸ ਰਿਹਾ, ਤੁਹਾਡੀ ਲਾਈਫ ਵੀ ਇੰਟਰਸਟਿੰਗ ਰਹੀ ਹੈ, ਕੀ ਕਹਿਣਾ ਚਾਹੋਗੇ ਬੀਇੰਗ ਐਨ ਐਕਟਰ? ਕਿਹੜੀਆਂ ਕਿਹੜੀਆਂ ਚੀਜ਼ਾਂ 'ਚ ਬਦਲਾਵ ਦੇਖਿਆ ਤੁਸੀਂ ਬਤੌਰ ਅਦਾਕਾਰ? ਜੇਕਰ ਮੈਂ ਸਫ਼ਰ ਦੀ ਗੱਲ ਕਰਾਂ ਤਾਂ ਮੇਰਾ ਸਫ਼ਰ ਜਿਹੜਾ ਹੈਗਾ ਜਵਾਨੀ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਸਟਰਗਲ ਵਾਲਾ ਰਿਹਾ। ਬਹੁਤ ਜ਼ਿਆਦਾ ਸਟਰਗਲ ਕੀਤੀ। 14 ਸਾਲ ਦੀ ਉਮਰ 'ਚ ਮੈਂ ਥੀਏਟਰ ਕਰਨਾ ਸ਼ੁਰੂ ਕਰਤਾ ਸੀ ਸਕੂਲ ਟਾਈਮ 'ਚ। ਉਸ ਤੋਂ ਬਾਅਦ ਬੜੇ ਉਤਰਾਅ ਚੜ੍ਹਾਏ ਜਵਾਨੀ ਦੇ ਵਿੱਚ, ਮਤਲਬ ਮੈਨੂੰ ਐਂ ਲੱਗਦਾ ਸੀ ਮੈਂ ਸੁਸਾਈਡ ਕਰ ਲੂੰਗਾ, ਪਰ ਹਿੰਮਤ ਬਹੁਤ ਸੀ, ਜਨੂੰਨ ਸੀ ਕਿ ਕੁਛ ਬਣਨਾ ਹੈ। ਪਹਿਲਾਂ ਬੱਚੇ ਸੈੱਟ ਕੀਤੇ, ਉਸ ਤੋਂ ਬਾਅਦ ਸਟਰਗਲ ਕਰਦੇ ਹੋਏ ਆਪਣਾ ਸਫ਼ਰ ਤੈਅ ਕੀਤਾ ਔਰ ਚੰਡੀਗੜ੍ਹ ਪਹੁੰਚ ਗਿਆ ਫਰੀਦਕੋਟ ਤੋਂ। ਤਾਂ ਅੱਜ ਵਧੀਆ, ਪਰਮਾਤਮਾ ਦੀ ਮਿਹਰ ਹੈ। ਅੱਛਾ ਨਗਿੰਦਰ ਜੀ, ਸੈਲੀਬ੍ਰਿਟੀ ਬਣਨ ਤੋਂ ਪਹਿਲਾਂ ਜਿਹੜੀ ਜ਼ਿੰਦਗੀ ਹੁੰਦੀ ਬਿਲਕੁਲ ਹੀ ਹੁੰਦੀ ਹੈ ਨੋਰਮਲ, ਸਿੰਪਲ ਲਾਈਫ ਹੁੰਦੀ ਹੈ, ਸੈਲੀਬ੍ਰਿਟੀ ਬਣਨ ਤੋਂ ਬਾਅਦ ਖੁਦ ਵਿੱਚ ਕਿਹੜੇ ਬਦਲਾਵ ਦੇਖੇ ਨੇ ਅਤੇ ਪਹਿਲਾਂ ਦੀ ਲਾਈਫ, ਜੇਕਰ ਇਹ ਲਾਈਫ ਨਾਲ ਕੰਪੈਰੀਜ਼ਨ ਕਰੀਏ, ਕੀ ਅੰਤਰ ਦੇਖਦੇ ਹੋ? ਐਕਚੁਲੀ ਕੀ ਹੁੰਦਾ ਕਿ ਜਦੋਂ ਬੰਦਾ ਸਟਰਗਲ ਸ਼ੁਰੂ ਕਰਦਾ ਤਾਂ ਸਟਰਗਲ ਦੇ ਟਾਈਮ 'ਤੇ ਉਹ ਜਵਾਨੀ ਜਿਹੜੀ ਹੁੰਦੀ ਨਾ, ਉਹਦੀ ਬੁਢਾਪੇ 'ਚ ਚੇਂਜ ਹੋ ਜਾਂਦੀ ਹੈ, ਕਿਉਂਕਿ ਲੋਕ ਸਾਥ ਨਹੀਂ ਦਿੰਦੇ, ਘਰ ਦੇ ਸਾਥ ਨਹੀਂ ਦਿੰਦੇ, ਤਾਂ ਉਹ ਸਟਰਗਲ ਕਰਦਾ ਖੁਦ ਆਪਣੇ ਮੋਢਿਆਂ 'ਤੇ ਰੱਖ ਕੇ ਬੰਦੂਕ ਚਲਾਉਂਦਾ। ਤਾਂ ਇਵੇਂ ਮੈਂ ਕੀਤਾ, ਆਪਣੇ ਮੋਢਿਆਂ 'ਤੇ ਰੱਖੀ, ਕਿਸੇ ਦਾ ਸਹਾਰਾ ਨਹੀਂ ਲਿਆ, ਕਿਸੇ ਨੇ ਮੇਰਾ ਸਾਥ ਨਹੀਂ ਦਿੱਤਾ, ਔਰ ਕਰਦੇ ਕਰਦੇ ਬਸ ਉਸ ਤੋਂ ਬਾਅਦ ਫਿਰ ਜਦੋਂ ਇੱਥੇ ਪਹੁੰਚਿਆ, ਮੰਜ਼ਿਲ 'ਤੇ ਪਹੁੰਚਿਆ, ਤਾਂ ਬਹੁਤ ਬਦਲਾਅ ਆਏ ਮੇਰੀ ਲਾਈਫ ਦੇ ਵਿੱਚ। ਜਵਾਨੀ ਟਾਈਮ ਦੇ ਵਿੱਚ ਮਤਲਬ ਮੇਰਾ ਇੱਦਾਂ ਸੀਗਾ ਕਿ ਮੈਂ ਬਿਲਕੁਲ ਖਤਮ ਹੈ, ਕਿਉਂਕਿ ਜਦੋਂ ਬੰਦਾ ਸਟਰਗਲ ਕਰਦਾ ਉਸ ਟਾਈਮ 'ਤੇ ਬੰਦੇ ਨੂੰ ਇਹ ਹੁੰਦਾ ਕਿ ਕਿਤੇ ਜਿਉਂਦਾ ਕਿਤੇ ਮਰਦਾ, ਕਿਉਂਕਿ ਸਵੇਰੇ ਨਿਕਲਿਆ ਸ਼ਾਮ ਨੂੰ ਘਰ ਆਇਆ, ਘਰ ਵਾਲੀ ਕਹਿੰਦੀ ਵੀ ਲਿਆਓ ਪੈਸੇ, ਪੈਸੇ ਦੇਣ ਨੂੰ ਹੈ ਨਹੀਂ ਗੇ, ਬੱਚੇ ਭੁੱਖੇ ਬੈਠੇ ਆ, ਮਾਂ ਪਿਓ ਨੇ ਮਤਲਬ ਆਪਣੇ ਦਰਵਾਜ਼ੇ ਬੰਦ ਕਰ ਲਏ ਹਨ। ਤਾਂ ਇੱਦਾਂ ਕਰਕੇ ਬਹੁਤ ਮਾੜੇ ਦਿਨ ਦੇਖੇ, ਰਿਸ਼ਤੇਦਾਰ ਕੋਈ ਸਾਥ ਨਹੀਂ ਦੇ ਰਿਹਾ, ਬਣਨਾ ਹੈ, ਜਨੂੰਨ ਹੈ, ਇੱਕ ਪਾਸੇ ਬੱਚੇ ਹੈ, ਇੱਕ ਪਾਸੇ ਆਪਣੀ ਫਿਲਮ ਲਾਈਨ ਦਾ ਸਫ਼ਰ ਹੈ। ਉਸ ਟਾਈਮ 'ਤੇ ਸਿਰਫ ਜਨੂੰਨ ਹੁੰਦਾ ਸੀ, ਇਹ ਨਹੀਂ ਪਤਾ ਹੁੰਦਾ ਸੀ ਕਿ ਮੈਂ ਕੱਲ੍ਹ ਨੂੰ ਸੈਲੀਬ੍ਰਿਟੀ ਬਣ ਜੂੰਗਾ ਜਾਂ ਕੁਛ ਬਣ ਜੂੰਗਾ, ਹੈ ਨਾ। ਤਾਂ ਸਿਰਫ ਇੱਕ ਜਨੂੰਨ ਸੀ ਕਿ ਫਿਲਮ ਲਾਈਨ 'ਚ ਜਾਣਾ, ਭਾਵੇਂ ਇੱਕ ਛੋਟਾ ਰੋਲ ਮਿਲ ਜੇ, ਤੜਫਦਾ ਸੀ ਕੰਮ ਨੂੰ। ਉਸ ਤੋਂ ਬਾਅਦ ਬਸ ਪਰਮਾਤਮਾ ਨੇ ਸਾਥ ਦਿੱਤਾ, ਕਰਦੇ 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 ਬਸ ਹੌਲੀ ਹੌਲੀ ਬੱਚੇ ਸੈੱਟ ਹੁੰਦੇ ਗਏ, ਬੱਚਾ ਬਾਹਰ ਭੇਜਤਾ, ਬੇਟੀ ਦਾ ਵਿਆਹ ਕਰਤਾ, ਆਪਣਾ ਘਰ ਬਣਾ ਲਿਆ ਚੰਡੀਗੜ੍ਹ, ਫਿਲਮ ਲਾਈਨ ਦੇ ਵਿੱਚ ਚੰਗਾ ਜਾਣ ਪਛਾਣ ਹੋ ਗਈ। ਕਰ ਰਹੇ ਹਾਂ, ਅੱਜ ਵੀ ਸਟਰਗਲ ਕਰ ਰਹੇ ਹਾਂ।
ਜਿੱਦਾਂ ਦੱਸਿਆ ਕਿ ਜਦੋਂ ਮੁਸੀਬਤ ਆਉਂਦੀ ਇਨਸਾਨ ਦਾ ਉਦੋਂ ਕੋਈ ਨਹੀਂ ਖੜਦਾ, ਉਹਦੀ ਪਰਖ ਬੰਦੇ ਦੀ ਪਰਖ ਤਾਂ ਪਤਾ ਲੱਗਦਾ ਕਿ ਕਿਹੜਾ ਖੜਦਾ ਕਿਹੜਾ ਸਪੋਰਟ ਕਰਦਾ। ਉਹ ਚੀਜ਼ਾਂ ਨੇ ਬਹੁਤ ਸਿੱਖਣ ਨੂੰ ਤੁਹਾਨੂੰ ਬਹੁਤ ਸਿਖਾਇਆ ਜ਼ਿੰਦਗੀ ਵਿੱਚ, ਇਸ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਇਹ ਤਾਂ ਹੁੰਦਾ ਹੀ ਹੈ, ਜਦੋਂ ਬੰਦਾ ਸਟਰਗਲ ਕਰਦਾ ਉਸ ਟਾਈਮ 'ਤੇ ਕੋਈ ਰਿਸ਼ਤੇਦਾਰ, ਕੋਈ ਭੈਣ ਭਰਾ ਕੋਈ ਸਾਥ ਨਹੀਂ ਦਿੰਦਾ। ਸਾਥ ਕੌਣ ਦਿੰਦਾ? ਆਪਣੀ ਫੈਮਿਲੀ ਜਾਂ ਆਪਣੇ ਮਾਂ ਪਿਓ, ਹੈ ਨਾ। ਉਹ ਬਾਪ ਵੀ ਕਈ ਵਾਰੀ ਹੁੰਦਾ ਕਿ ਇਹ ਵਿਗੜਦਾ ਜਾਂਦਾ, ਫਿਲਮ ਲਾਈਨ 'ਚ ਕੰਮ ਕਰਦਾ, ਹੁਣ ਜਾਂ ਇੱਕ ਇਹ ਇਹੋ ਜਿਹੀ ਲਾਈਨ ਦੇ ਵਿੱਚ ਜਾ ਚੁੱਕਿਆ ਵੀ ਜਿਹਦੇ ਵਿੱਚ ਮਤਲਬ ਕਾਮਯਾਬ ਹੋਣਾ ਨਾਮੁਮਕਿਨ ਹੈ, ਤਾਂ ਉਹ ਸਾਥ ਨਹੀਂ ਦਿੰਦਾ, ਕੋਈ ਸਾਥ ਨਹੀਂ ਦਿੰਦਾ। ਇਹ ਤਾਂ ਸਿਰਫ ਆਪਣੇ ਮੋਢਿਆਂ 'ਤੇ ਰੱਖ ਕੇ ਚਲਾਉਣੀ ਪੈਂਦੀ ਹੈ, ਬਾਕੀ ਉਸ ਪਰਮਾਤਮਾ ਨੂੰ ਪਤਾ ਹੁੰਦਾ ਕਿ ਇਹਨੇ ਕਾਮਯਾਬ ਕਿਵੇਂ ਹੋਣਾ ਹੈ। ਲੱਗਦਾ ਕਿ ਸੋਸਾਇਟੀ ਦਾ, ਲੋਕਾਂ ਦਾ ਜਿਹੜਾ ਨਜ਼ਰੀਆ ਐਕਟਿੰਗ ਫੀਲਡ ਨੂੰ ਲੈ ਕੇ, ਉਹ ਅੱਜ ਵੀ ਉੱਦਾਂ ਹੀ ਹੈ? ਅੱਜ ਵੀ ਇਹਨੂੰ ਮਤਲਬ, ਚਲੋ ਹੁਣ ਤਾਂ ਜ਼ਮਾਨਾ ਚੇਂਜ ਹੋ ਗਿਆ ਕਿ ਵਧੀਆ ਤਰੀਕੇ ਨਾਲ ਦੇਖਦੇ ਨੇ, ਪਰ ਅੱਜ ਵੀ ਜਿਹੜਾ ਲੋਕਾਂ ਦਾ ਨਜ਼ਰੀਆ ਉਹ ਕਿਤੇ ਨਾ ਕਿਤੇ ਨੈਗੇਟਿਵ ਐਕਟਿੰਗ ਨੂੰ ਲੈ ਕੇ ਕਿ ਐਕਟਰਾਂ ਦੀ ਫੀਲਡ ਹੈ, ਐਕਟਰ ਕਿਹੋ ਜਿਹੇ ਹੋਣਗੇ, ਮਤਲਬ ਕਿ ਹਰ ਕਿਸਮ ਜਿਹੜੀ ਸ਼ਬਦਾਵਲੀ ਉਹਦਾ ਇਸਤੇਮਾਲ ਕੀਤਾ ਜਾਂਦਾ ਇਸ ਫੀਲਡ ਨੂੰ ਲੈ ਕੇ, ਕੀ ਕਹਿਣਾ ਚਾਹੋ? ਨਹੀਂ, ਹੁਣ ਦਾ ਔਰ ਉਹ ਜ਼ਮਾਨੇ ਦਾ ਬਹੁਤ ਫਰਕ ਸੀ। ਉਸ ਟਾਈਮ ਦੇ ਵਿੱਚ ਕੀ ਹੈ ਕਿ ਉਦੋਂ ਲੋਕਾਂ ਨੂੰ ਸਮਝ ਨਹੀਂ ਸੀ, ਉਦੋਂ ਸਿਰਫ ਸਿਨੇਮਾ ਚੱਲਦਾ ਸੀ। ਇਸ ਟਾਈਮ 'ਤੇ ਸੋਸ਼ਲ ਮੀਡੀਆ ਚੱਲਦੀ ਹੈ, ਟੀਵੀ 'ਤੇ ਕਿੰਨੇ ਸੀਰੀਅਲ ਆਉਂਦੇ, ਕਿੰਨੀਆਂ ਫਿਲਮਾਂ ਆਉਂਦੀਆਂ, ਸ਼ਾਰਟ ਫਿਲਮਾਂ ਆਉਂਦੀਆਂ, ਹੈ ਨਾ। ਤਾਂ ਹਰ ਘਰ ਦੇ ਵਿੱਚ ਮੋਬਾਈਲ ਹੈ, ਐਂਡਰਾਇਡ ਮੋਬਾਈਲ ਹੈ, ਔਰ ਹੱਥ ਦੇ ਵਿੱਚ ਫੜ ਕੇ ਅਤੇ ਉਹ ਫਿਲਮਾਂ ਦੇਖ ਰਿਹਾ। ਅੱਜ ਦੇ ਟਾਈਮ ਦੇ ਵਿੱਚ ਲੋਕ ਜਿਹੜੇ ਜਾਗਰੂਕ ਆ ਬਹੁਤ ਜ਼ਿਆਦਾ। ਮੈਂ ਆਪਣੀ ਗੱਲ ਕਰਾਂ, ਜਿਹੜੇ ਲੋਕ ਮੇਰੇ ਵੱਲ ਦੇਖ ਕੇ ਕਹਿੰਦੇ ਹੁੰਦੇ ਸੀ ਉਹ ਜਾਂਦਾ ਯਾਰ, ਉਹ ਵਿਹਲੜ ਹੈ, ਹੈ ਨਾ ਇਹ ਕੰਮ ਕਰਦਾ ਅਤੇ ਨਾ ਬੱਚਿਆਂ ਨੂੰ ਰੋਟੀ ਦਿੰਦਾ, ਸਾਈਕਲ 'ਤੇ ਘੁੰਮਦਾ ਰਹਿੰਦਾ ਸੀਗਾ। ਤਾਂ ਉਸ ਤੋਂ ਬਾਅਦ ਜਦੋਂ ਮੈਂ ਕੁਛ ਬਣ ਗਿਆ, ਉਹੀ ਲੋਕ ਐਪਰੀਸ਼ੀਏਟ ਕਰਨਾ ਸ਼ੁਰੂ ਕਰਦੇ, ਉਹੀ ਲੋਕ ਅੱਜ ਕਹਿੰਦੇ ਕਿਆ ਬਾਤ ਹੈ ਯਾਰ, ਮਤਲਬ ਉਹ ਸੱਚੀਆਂ ਗੱਲਾਂ ਦੱਸਦੇ ਆ। ਹੁਣ ਕਹਿ ਸਕਦੇ ਕਿ ਇਹ ਦੁਨੀਆ ਮਤਲਬ ਦੀ ਹੈ, ਜਦੋਂ ਇਨਸਾਨ ਕੁਛ ਹੁੰਦਾ ਨਹੀਂ ਤਾਂ ਉਹਨੂੰ ਇੱਦਾਂ ਬੋਲਦੇ ਨੇ, ਜਦੋਂ ਕੁਛ ਬਣ ਜਾਂਦਾ ਫਿਰ ਉਹਦੇ ਪਿੱਛੇ ਪਿੱਛੇ ਫਿਰਦੇ ਨੇ। ਇਹ ਤਾਂ ਹੈ ਹੀ, ਮਤਲਬ ਚੜ੍ਹਦੇ ਸੂਰਜ ਨੂੰ ਸਲਾਮਾਂ ਹੁੰਦੀਆਂ, ਉਹ ਤਾਂ ਹੁੰਦਾ ਹੀ ਹੈ। ਜਿਹੜਾ ਬੰਦਾ ਸਟਰਗਲ ਕਰਦਾ ਹੈ ਤਾਂ ਉਹ ਸਟਰਗਲ ਕਿਸੇ ਲਾਈਨ 'ਚ ਵੀ ਹੁੰਦੀ ਹੈ, ਪੋਲੀਟਿਕਸ ਦੇ ਵਿੱਚ ਵੀ ਹੈ। ਉਹ ਮਤਲਬ ਛੋਟਾ ਦੁਕਾਨਦਾਰ ਹੈ, ਛੋਟੇ ਦੁਕਾਨਦਾਰ ਤੋਂ ਵੱਡਾ ਦੁਕਾਨਦਾਰ ਬੰਦਾ, ਛੋਟੇ ਦੁਕਾਨਦਾਰ ਦੀ ਇੰਨੀ ਇੱਜ਼ਤ ਨਹੀਂ ਹੁੰਦੀ ਜਿੰਨੀ ਵੱਡੇ ਦੀ ਹੁੰਦੀ ਹੈ। ਤਾਂ ਇਵੇਂ ਫਿਲਮ ਲਾਈਨ 'ਚ ਹੈ, ਜਦੋਂ ਬੰਦਾ ਸਟਰਗਲ ਕਰਦਾ ਉਦੋਂ ਕੋਈ ਨਹੀਂ ਪੁੱਛਦਾ ਗਾ, ਔਰ ਜਦੋਂ ਬੰਦਾ ਬਣ ਜਾਂਦਾ ਉਦੋਂ ਹਰ ਕਹਿੰਦਾ ਯਾਰ, ਹਰ ਇੱਕ ਬੰਦਾ ਕਹਿੰਦਾ ਕਿ ਯਾਰ ਮੈਂ ਇਹਦੇ ਨਾਲ ਫੋਟੋ ਕਰਾਉਣੀ ਹੈ। ਨੇ ਜਿਹੜੀ ਇੰਡਸਟਰੀ ਆ ਉਹ ਚੱਕਾ ਚੌਂਦ ਨਾਲ ਭਰੀ ਹੋਈ ਹੈ, ਗਲੈਮਰ ਹੈ, ਦਿਖਾਉਂਦੇ ਕੁਛ ਹੋਰ ਹੈ, ਪਰ ਅੰਦਰੋਂ ਲੱਗਦਾ ਵੀ ਕਾਲੇ ਸੱਚ ਨੇ। ਕਈ ਕਿਸਮ ਦੀ ਸੱਚਾਈ ਹੈ ਜਿਹੜੀ ਸਾਹਮਣੇ ਦੀ ਬਾਹਰ ਹੁੰਦੀ ਆ, ਉਹ ਕਿਸੇ ਕਿਸੇ ਨੂੰ ਪਤਾ ਹੁੰਦਾ ਜੋ ਐਕਸਪੀਰੀਅੰਸ ਕਰ ਰਿਹਾ ਹੁੰਦਾ। ਹਾਂ ਬਿਲਕੁਲ, ਕਹਿੰਦੇ ਨੇ ਨਾ ਹਰ ਇੱਕ ਚੀਜ਼ ਦੇ ਦੋ ਪਹਿਲੂ ਹੁੰਦੇ ਨੇ, ਇਹਦੀ ਡਾਰਕ ਸਾਈਡ ਵੀ ਹੈ ਕਿਤੇ ਨਾ ਕਿਤੇ ਇੰਡਸਟਰੀ ਦੀ, ਭਾਵੇਂ ਪੰਜਾਬੀ ਹੈ, ਭਾਵੇਂ ਟੀਵੀ ਹੈ, ਭਾਵੇਂ ਬੋਲੀਵੁੱਡ ਹੈ। ਹਰ ਚੀਜ਼ ਦੇ ਦੋ ਪਹਿਲੂ ਤਾਂ ਹੈਗੇ ਆ, ਇਹ ਤਾਂ ਕਲੀਅਰ ਹੈ ਕਿ ਆਪਾਂ ਅੱਜ ਦਾ ਟਾਈਮ ਜਿਹੜਾ ਹੈਗਾ ਨਾ, ਜੇ ਕੋਈ ਬੰਦਾ ਹੱਸ ਰਿਹਾ ਤਾਂ ਉਹਦੇ ਹਾਸੇ ਨੂੰ ਤੁਸੀਂ ਇਹ ਨਾ ਸੋਚੋ ਕਿ ਉਹ ਤੁਹਾਨੂੰ ਸੱਚੇ ਦਿਲ ਨਾਲ ਪਿਆਰ ਕਰ ਰਿਹਾ। ਮੈਂ ਅਕਸਰ ਦੋਸਤਾਂ ਦੇ ਵਿੱਚ ਗੱਲ ਕਰਦਾ ਹੁੰਦਾ, ਪਰਮਾਤਮਾ ਨੇ ਤੁਹਾਨੂੰ ਚਾਰ ਚੀਜ਼ਾਂ ਦਿੱਤੀਆਂ ਹੋਈਆਂ, ਤੁਹਾਡਾ ਦਿਮਾਗ, ਤੁਹਾਡੀਆਂ ਅੱਖਾਂ, ਤੁਹਾਡੀ ਜ਼ੁਬਾਨ ਔਰ ਤੁਹਾਡਾ ਦਿਲ। ਇਹ ਚਾਰ ਚੀਜ਼ਾਂ ਅਗਰ ਤੁਸੀਂ ਬਰਾਬਰ ਲੈ ਕੇ ਚੱਲਦੇ ਹੋ ਤਾਂ ਤੁਸੀਂ ਸੱਚੇ ਇਨਸਾਨ ਹੋ। ਜੇਕਰ ਤੁਹਾਡੇ ਮੂੰਹ 'ਤੇ ਸਮਾਈਲ ਆ, ਤੁਹਾਡੇ ਦਿਲ ਦੇ ਵਿੱਚ ਹੋਰ ਕੁਛ ਚੱਲ ਰਿਹਾ, ਤੁਹਾਡੀਆਂ ਅੱਖਾਂ ਹੋਰ ਕੁਛ ਕਹਿ ਰਹੀਆਂ, ਤੁਹਾਡੇ ਦਿਮਾਗ 'ਚ ਹੋਰ ਕੁਛ ਚੱਲ ਰਿਹਾ, ਤਾਂ ਉਹ ਅਕਸਰ ਅੱਜ ਦੇ ਟਾਈਮ ਦੇ ਵਿੱਚ ਹੈਗਾ ਲੋਕਾਂ ਦੇ ਵਿੱਚ। ਕਹਿੰਦੇ ਨੇ ਹਰ ਇੱਕ ਇਨਸਾਨ ਦੀ ਆਪਣੇ ਆਪ ਨੂੰ ਲੈ ਕੇ ਐਕਸਪੈਕਟੇਸ਼ਨਸ ਹੁੰਦੀਆਂ ਨੇ ਖੁਦ ਤੋਂ। ਖੁਦ ਤੋਂ ਤੁਸੀਂ ਕੀ ਉਮੀਦ ਕਰਦੇ ਹੋ ਆਪਣੇ ਆਪ ਤੋਂ? ਨਹੀਂ, ਮੈਂ ਤਾਂ ਦੇਖੋ, ਸਭ ਤੋਂ ਪਹਿਲਾਂ ਤਾਂ ਸਾਨੂੰ ਕਹਿੰਦੇ ਬੰਦਾ ਯਾਰ ਆਪਣੀ ਫੈਮਿਲੀ ਨੂੰ ਪਿਆਰ ਕਰਦਾ, ਸਭ ਤੋਂ ਪਹਿਲਾਂ ਆਪਾਂ ਕਿਹਨੂੰ ਪਿਆਰ ਕਰਦੇ ਹਾਂ? ਆਪਣੇ ਆਪ ਨੂੰ। ਜਿਹੜਾ ਬੰਦਾ ਆਪਣੇ ਆਪ ਨੂੰ ਪਿਆਰ ਕਰਦਾ ਨਾ, ਉਹ ਬੰਦਾ ਤੰਦਰੁਸਤ ਰਹਿੰਦਾ ਹੈ, ਔਰ ਉਹ ਹਮੇਸ਼ਾ ਉਹਦੇ ਅੰਦਰ ਪੋਜ਼ਿਟਿਵਿਟੀ ਰਹਿੰਦੀ ਹੈ, ਪਰਮਾਤਮਾ ਉਹਨੂੰ ਪੋਜ਼ਿਟਿਵਿਟੀ ਦਿੰਦਾ ਹੈ। ਮੈਂ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਪਿਆਰ ਕਰਦਾ, ਆਪਣੇ ਆਪ ਨੂੰ ਪਿਆਰ ਕਰਦਾ ਤਾਂ ਮੈਂ ਸਹੀ ਤੁਰਿਆ ਫਿਰਦਾ। ਹੁਣ ਜੇਕਰ ਆਪਾਂ ਗੱਲ ਕਰੀਏ, ਹੁਣ ਤੱਕ ਤੁਸੀਂ ਜਿੰਨੀਆਂ ਵੀ ਫਿਲਮਾਂ 'ਚ ਕੰਮ ਕਰ ਚੁੱਕੇ ਹੋ, ਕੋਈ ਅਜਿਹਾ ਕਿਰਦਾਰ ਜਿਹੜਾ ਥੋੜ੍ਹੇ ਦਿਲ ਦੇ ਕਰੀਬ ਹੋਵੇ, ਜਾਂ ਕੋਈ ਇਹੋ ਜਿਹਾ ਕੈਰੈਕਟਰ ਜਿਹੜਾ ਥੋੜ੍ਹੀ ਅਸਲ ਜ਼ਿੰਦਗੀ ਨਾਲ ਮੇਲ ਖਾਂਦਾ ਹੋਵੇ? ਕਿਉਂਕਿ ਜਦੋਂ ਆਪਾਂ ਕੋਈ ਵੀ ਕੈਰੈਕਟਰ ਫਿਲਮੀ ਪਰਦੇ 'ਤੇ ਨਿਭਾਉਂਦੇ ਹਾਂ, ਉਹ ਆਪਣੀ ਰੀਅਲ ਲਾਈਫ ਨਾਲ ਕਿਤੇ ਨਾ ਕਿਤੇ ਤਾਂ ਰਿਲੇਟ ਕਰਦਾ ਹੀ ਹੁੰਦਾ। ਨਹੀਂ, ਮੇਰੇ ਖਿਆਲ ਦੇ ਵਿੱਚ ਮੈਨੂੰ ਅੱਜ ਤੱਕ ਕੋਈ ਵੀ ਇੱਦਾਂ ਦਾ ਕਿਰਦਾਰ ਨਹੀਂ ਮਿਲਿਆ ਜਿਹੜਾ ਮੇਰੀ ਅਸਲ ਲਾਈਫ ਦੇ ਨਾਲ ਮੇਲ ਖਾਂਦਾ ਹੋਵੇ। ਕੀਤੇ ਆ, ਬਹੁਤ ਸਾਰੇ ਕਿਰਦਾਰ ਕੀਤੇ ਆ, ਪੋਜ਼ਿਟਿਵ ਵੀ ਕੀਤੇ ਆ, ਨੈਗੇਟਿਵ ਵੀ ਕੀਤੇ ਆ, ਜ਼ਿਆਦਾਤਰ ਇੰਸਪੈਕਟਰ ਦੇ ਰੋਲ ਕੀਤੇ ਆ, ਹੁਣ ਮੇਰੀਆਂ ਜਿਹੜੀਆਂ ਫਿਲਮਾਂ ਆ ਰਹੀਆਂ
ਉਹਦੇ ਵਿੱਚ ਸਾਰੇ ਫਾਦਰ ਦੇ ਕਰੈਕਟਰ ਹੈਗੇ ਆ। ਸੱਤ ਅੱਠ ਫਿਲਮ ਹੈ, ਇੱਕ ਫਿਲਮ ਹੈ ਜਿਹੜੀ ਨਿਸ਼ਾਨਾ ਹੈ। ਨਿਸ਼ਾਨਾ ਫਿਲਮ ਦੇ ਵਿੱਚ ਇੱਕ ਪੋਜ਼ਿਟਿਵ ਇੰਸਪੈਕਟਰ ਹੈ, ਮਤਲਬ ਉਹ ਨੈਗਟਿਵ ਨਹੀਂ ਕਹਿ ਸਕਦੇ ਜਿਵੇਂ ਬਲੈਕੀਆ ਸੀ, ਉਹ ਪੋਜ਼ਿਟਿਵ ਹੈ। ਮਤਲਬ ਇੱਕ ਫਕੀਰ ਬਣ ਕੇ ਘੁੰਮਦਾ ਰਹਿੰਦਾ ਸਾਰੀ ਫਿਲਮ ਦੇ ਵਿੱਚ, ਹੈ ਨਾ, ਉਹ ਇੱਦਾਂ ਦਾ ਹੈਗਾ। ਅਤੇ ਮੈਨੂੰ ਕੋਈ ਇੱਦਾਂ ਦਾ ਕਰੈਕਟਰ ਨਹੀਂ ਮਿਲਿਆ ਅਜੇ ਤੱਕ ਵੀ ਜਿਹੜਾ ਮੈਨੂੰ ਐਂ ਲੱਗੇ ਕਿ ਹਾਂ ਯਾਰ ਇਹ ਮੇਰੀ ਲਾਈਫ ਨਾਲ ਟੁੱਕਦਾ ਹੈ, ਨਹੀਂ ਮਿਲਿਆ ਇੱਦਾਂ ਦਾ ਕੁਛ। ਕਿੱਦਾਂ ਦੇ ਤੁਹਾਡੇ ਫਿਊਚਰ ਪਲੈਨਸ ਨੇ, ਕਿੱਦਾਂ ਦੀ ਫਿਲਮਾਂ ਤੁਸੀਂ ਕਰਨ ਜਾ ਰਹੇ ਹੋ, ਕਿੱਦਾਂ ਦੇ ਜਿਹੜੇ ਤੋਹਫੇ ਨੇ ਆਪਣੇ ਫੈਨਸ ਨੂੰ ਦੇਣ ਜਾ ਰਹੇ ਤੁਸੀਂ ਆਡੀਅੰਸ ਫੈਨਸ ਨੂੰ? ਜਿਹੜੀਆਂ ਹੁਣ ਮੇਰੀਆਂ ਫਿਲਮਾਂ ਨਿਕਲ ਰਹੀਆਂ ਵਧੀਆ ਹੈ, ਬਹੁਤ ਅੱਛੀਆਂ ਫਿਲਮਾਂ, ਵੱਡੇ ਬੈਨਰ ਦੀਆਂ ਫਿਲਮਾਂ ਹੈਗੀਆਂ। ਹੁਣ ਜਿਵੇਂ 11 ਨਵੰਬਰ ਨੂੰ ਕੁਲਚੇ ਛੋਲੇ ਰਿਲੀਜ਼ ਹੋ ਰਹੀ ਹੈ, ਔਰ ਇਹ ਸਾਗਾ ਮਿਊਜ਼ਿਕ ਕੰਪਨੀ ਦੀ ਹੈ, ਬਹੁਤ ਵੱਡੀ ਫਿਲਮ ਹੈ ਇਹ, ਬਹੁਤ ਅੱਛੀ ਹੈ, ਫੈਮਿਲੀ ਦੇ ਦੇਖਣ ਵਾਲੀ ਫਿਲਮ ਹੈ। ਤਾਂ ਪੂਰੀ ਫੈਮਿਲੀ ਲਿਜਾ ਕੇ ਵੇਚ ਝਿਜ ਕੇ ਇਸ ਫਿਲਮ ਨੂੰ ਆਪਾਂ ਦੇਖ ਸਕਦੇ। ਬੇਸ਼ੱਕ ਹੀਰੋ ਤੋਂ ਹੀਰੋਇਨ ਨਵੇਂ ਹੈ, ਪਰ ਤੁਹਾਨੂੰ ਜਿਹੜਾ ਕੁਲਚੇ ਛੋਲੇ ਦਾ ਕਨਸੈਪਟ ਆ ਨਾ, ਉਹ ਕਈ ਵਾਰੀ ਹੁਣ ਪਤਾ ਕੀ ਹੁੰਦਾ ਕਿ ਆਪਾਂ ਦੇਖੋ ਜਿਹੜਾ ਟਾਈਟਲ ਹੈ, ਆਪਾਂ ਦੇਖਦੇ ਹਾਂ ਟਾਈਟਲ, ਟਾਈਟਲ ਦੇਖ ਕੇ ਫਿਲਮ ਦੇਖਦੇ ਹਾਂ, ਉਹ ਅੰਦਰੋਂ ਹੋਰ ਕੁਛ ਨਿਕਲਦਾ, ਟਾਈਟਲ ਹੋਰ ਹੁੰਦਾ। ਇਹ ਜਿਹੜੀ ਸਾਡੇ ਵਾਲੀ ਫਿਲਮ ਹੈ, ਇਹਦੇ ਵਿੱਚ ਕੁਲਚੇ ਛੋਲੇ ਦੇ ਵਿੱਚ ਇਹ ਟੋਟਲ ਕੁਲਚੇ ਛੋਲੇ ਵੇਚਣ ਵਾਲੇ ਦੀ ਕਹਾਣੀ ਹੈ, ਔਰ ਉਹ ਰੇਹੜੀ ਤੋਂ ਕਿੰਨਾ ਲੈਂਡਲੋਰਡ ਬਣਦਾ ਔਰ ਕੀ ਬਣਦਾ, ਉਹ ਸਾਰਾ ਫਿਲਮ ਦੇਖਣ ਤੋਂ ਬਾਅਦ ਪਤਾ। ਜੇਕਰ ਆਪਾਂ ਕੁਲਚੇ ਛੋਲੇ ਫਿਲਮ ਦੀ ਗੱਲ ਕੀਤੀ ਤਾਂ ਕਿੱਦਾਂ ਦਾ ਕਿਰਦਾਰ ਆ ਤੁਹਾਡਾ, ਕਿੱਦਾਂ ਦੇ ਸ਼ੇਡਸ ਨੇ ਤੁਹਾਡੇ ਚੋਣ ਵਾਲਿਆਂ ਨੂੰ ਦੇਖਣ ਨੂੰ ਮਿਲਣਗੇ ਫਿਲਮ ਵਿੱਚ? ਇਹਦੇ ਜਿਹੜੀ ਹੀਰੋਇਨ ਹੈ ਨਾ, ਜ਼ੀਨਤ ਜ਼ੁਬੇਰ ਹੈ, ਤਾਂ ਜ਼ੀਨਤ ਜ਼ੁਬੇਰ, ਤਾਂ ਉਹਦੇ ਫਾਦਰ ਦਾ ਕਰੈਕਟਰ ਹੈ, ਇੱਕ ਬੜਾ ਤਕੜਾ ਲੈਂਡਲੋਰਡ ਬੰਦਾ, ਟਰਬਨ ਬੰਨ੍ਹੀ ਹੋਈ ਹੈ ਮੇਰੇ, ਕੋਟ ਪੈਂਟ ਪਾਇਆ, ਘੱਟ ਤੋਂ ਘੱਟ ਵੀ 10-11 ਡਰੈੱਸਾਂ ਚੇਂਜ ਕੀਤੀਆਂ। ਅਤੇ ਉਹ ਬਸ ਬਹੁਤ ਹੋਟਲ, ਬਹੁਤ ਵੱਡੇ ਵੱਡੇ ਹੋਟਲ ਹੈ ਇਹਦੇ, ਅਤੇ ਉਹਦੀ ਕੁੜੀ ਹੁੰਦੀ ਆ, ਆਪਣੀ ਬੇਟੀ ਨੂੰ ਬਹੁਤ ਪਿਆਰ ਕਰਦਾ, ਆਪਣੀ ਮਾਂ ਨੂੰ ਬਹੁਤ ਪਿਆਰ ਕਰਦਾ, ਬੱਚਿਆਂ ਨੂੰ ਪਿਆਰ ਕਰਦਾ, ਇੱਦਾਂ ਦਾ ਹੁੰਦਾ ਹੈ। ਜਗਿੰਦਰ ਜੀ, ਕੁਲਚੇ ਛੋਲੇ ਤੋਂ ਇਲਾਵਾ ਹੋਰ ਕਿਹੜੇ ਪ੍ਰੋਜੈਕਟ ਨੇ ਜਿਹੜੇ ਇਸ ਸਮੇਂ ਤੁਸੀਂ ਅੱਗੇ ਕਰਨ ਜਾ ਰਹੇ ਹੋ, ਮਤਲਬ ਕਿਹੜੇ ਪ੍ਰੋਜੈਕਟ ਹੈਗੇ ਨੇ ਪਾਈਪਲਾਈਨ ਵਿੱਚ? ਦੇਖੋ ਪਹਿਲਾਂ ਤਾਂ ਜਿਹੜੀਆਂ ਮੇਰੀਆਂ ਫਿਲਮਾਂ ਰਿਲੀਜ਼ ਹੋ ਚੁੱਕੀਆਂ, ਰਿਲੀਜ਼ ਹੋਣ ਵਾਲੀਆਂ, ਹੈ ਨਾ, ਉਹਦੇ ਵਿੱਚ ਹੈਗੀ ਹੈ ਨਿਸ਼ਾਨਾ ਫਿਲਮ ਹੈਗੀ ਹੈ, ਚੇਤਾ ਸਿੰਘ ਫਿਲਮ ਹੈਗੀ ਹੈ, ਕੁਲਚੇ ਛੋਲੇ ਹੈਗੀ ਹੈ, ਜ਼ਿੱਦੀ ਜੱਟ ਹੈਗੀ ਹੈ, ਤਾਂ ਤਬਾਹੀ ਓਵਰਲੋਡ ਹੈਗੀ ਹੈ, ਹੈ ਨਾ, ਤਾਂ ਹੋਰ 3-4 ਫਿਲਮਾਂ ਹੋਰ ਹੈਗੀਆਂ, ਤਾਂ ਇਹ ਫਿਲਮ ਹੈ। ਬਾਕੀ 1-2 ਫਿਲਮਾਂ ਹੋਰ ਆ ਜਿਹੜੀਆਂ ਕੈਨੇਡਾ ਦੇ ਵਿੱਚ ਸ਼ੂਟ ਹੋਣੀਆਂ, ਫੋਨ ਵੀ ਆਇਆ ਸੀ ਮੈਨੂੰ, ਤਾਂ ਹੁਣ ਅੱਗੇ ਜਿਵੇਂ ਜਿਵੇਂ ਹੋਈ ਜਾਊਗਾ ਦੱਸੀ ਜਾਵਾਂਗੇ ਤੁਹਾਨੂੰ। ਸੀ ਐਕਟਰ ਨਗਿੰਦਰ ਗੱਖੜ ਜਿਨ੍ਹਾਂ ਨੇ ਖਾਸ ਗੱਲਬਾਤ ਤਾਂ ਕੀਤੀ ਸੀ, ਆਪਣੇ ਸਫ਼ਰ ਬਾਰੇ ਦੱਸਿਆ ਕਿ ਬੜਾ ਹੀ ਸੰਘਰਸ਼ ਕਰਨਾ ਪਿਆ ਕਿਉਂਕਿ ਕੁਝ ਵੀ ਹਾਸਲ ਕਰਨ ਲਈ ਆਸਾਨੀ ਦਾ ਰਸਤਾ ਨਹੀਂ ਅਪਣਾਉਣਾ ਚਾਹੀਦਾ, ਸ਼ੋਰਟਕੱਟ ਸਕਸੈਸ ਨੁਕਸਾਨ ਕਿਤੇ ਨਾ ਕਿਤੇ ਕਰਦਾ। ਜਿੱਥੇ ਜ਼ਿੰਦਗੀ ਦੀ ਗੱਲ ਕੀਤੀ ਜਾਂਦੀ ਹੈ, ਬਹੁਤ ਸਟਰਗਲ ਕੀਤਾ, ਲੋਕਾਂ ਦੇ ਜਿਹੜੇ ਕਮੈਂਟਸ ਨੇ ਉਹ ਵੀ ਸੁਣਨੇ ਪਏ, ਪਰ ਇਹਨਾਂ ਨੇ ਹਿੰਮਤ ਨਹੀਂ ਹਾਰੀ ਹੈ, ਆਪਣੀ ਕਹਿੰਦੇ ਨੇ ਪੈਸ਼ਨ ਦੇ ਅੜੇ ਰਹੇ। ਅਤੇ ਅੱਗੇ ਫਿਊਚਰ ਪਲੈਨਸ ਨੇ ਕੁਲਚੇ ਛੋਲੇ ਨਾਂ ਦੀ ਫਿਲਮ ਆ ਰਹੀ ਜੋ ਨਵੰਬਰ ਮਹੀਨੇ ਵਿੱਚ ਰਿਲੀਜ਼ ਹੋ ਰਹੀ ਹੈ, ਬੜਾ ਇੰਟਰਸਟਿੰਗ ਕਿਰਦਾਰ ਹੈ, ਬਣੇ ਰਹੋ ਸਕਾਈ ਨਿਊਜ਼ ਪੰਜਾਬ ਨਾਲ। ਖਬਰ ਦੀ ਤਾਜ਼ਾ ਅਪਡੇਟ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, Facebook ਚੈਨਲ ਨੂੰ ਲਾਈਕ ਅਤੇ ਸ਼ੇਅਰ ਕਰੋ।